ਜਦੋਂ ਅਸੀਂ ਤੁਹਾਡੇ ਅੱਗੇ ਤਰਲੇ ਮੰਤਾਂ ਕਰਦੇ ਸੀ ਰੇਲੜੀਆਂ ਕੱਢਦੇ ਸੀ ਉੱਥੇ ਜਾ ਕੇ ਤੁਹਾਨੂੰ ਕਹਿੰਦੇ ਸੀ ਕਿ ਮਹਾਰਾਜੇ ਘਰ ਤੋਂ ਕਾਰਵਾਈ ਕੋਠੋ ਕੇ ਕਾਰਵਾਈ ਕਰੋ ਉਦੋਂ ਤੁਸੀਂ ਕੁਝ ਨਹੀਂ ਕੀਤਾ ਉਦੋਂ ਤੁਹਾਡੇ ਕੋਲ ਪਾਵਰ ਹੀ ਤੁਸੀਂ ਪੰਥ ਦੇ ਜਥੇਦਾਰ ਹੀਗੇ ਬਹੁਤ ਕੁਝ ਕਰ ਸਕਦੇ ਸੀ ਕਿ ਪੰਥ ਦੇ ਫਿਰ ਜਥੇਦਾਰਾਂ ਦੇ ਨਾਲ ਆ ਪਰ ਜਥੇਦਾਰ ਕੀ ਕਰ ਰਹੇ ਨੇ ਪੰਥ ਲਈ ਇਸ ਗੱਲ ਦਾ ਵੀ ਜਵਾਬ ਦਿਓ ਅੱਜ ਤੁਹਾਡੇ ਤੇ ਔਖਾ ਟਾਈਮ ਜਦੋਂ ਲੰਘ ਜਾਊਗਾ ਗੱਲਬਾਤ ਸਾਰੀ ਸੈੱਟ ਹੋ ਜਾਊਗੀ ਮੰਨ ਲਓ ਤੁਹਾਨੂੰ ਹੋਰ ਕੋਈ ਵੱਡੀਆਂ ਪਾਵਰਾਂ ਵੀ ਮਿਲ ਜਾਂਦੀਆਂ ਫਿਰ ਤੁਸੀਂ ਸਾਡੇ ਆਮ ਲੋਕਾਂ ਨਾਲ ਕਿੰਨਾ ਕੁ ਖੜੋਗੇ ਇਹ ਗੱਲਾਂ ਦਾ ਵੀ ਜਵਾਬ ਦਿਓ ਕਿ ਸੰਤ ਸਮਾਜ ਵਿੱਚ ਜਿਨ੍ਹਾਂ ਨੇ ਗੰਦ ਪਾਇਆ ਜਿਨ੍ਹਾਂ ਨੇ ਚੋਲਿਆਂ ਨੂੰ ਬਦਨਾਮ ਕੀਤਾ ਗੁਰੂ ਸਾਹਿਬ ਦੇ ਬਾਣਿਆਂ ਨੂੰ ਬਦਨਾਮ ਕੀਤਾ ਉਹਨਾਂ ਤੇ ਤੁਸੀਂ ਕੀ ਕਾਰਵਾਈ ਕਰ ਸਕੋਗੇ ਉਹਦਾ ਜਵਾਬ ਦਿਓਗੇ ਜੇ ਜਥੇਦਾਰ ਸਾਹਿਬ ਜੇ ਤੁਸੀਂ ਐਕਸ਼ਨ ਲਿਆ ਹੁੰਦਾ ਅੱਜ ਸਾਡੀ ਕੌਮ ਦੇ ਵਿੱਚ ਇੰਨਾ ਗੰਦ ਨਾ ਪੈਂਦਾ ਇਹ ਗੱਲਾਂ ਮੈਨੂੰ ਪਤਾ ਤੁਹਾਨੂੰ ਕੌਣੀਆਂ ਬੜੀਆਂ ਲੱਗਣੀਆਂ ਪਰ ਤੁਸੀਂ ਕੀਤਾ ਹੀ ਕੱਟੀ ਇਹਨਾਂ ਨੇ ਡੇਰਿਆਂ ਦੇ ਵਿੱਚ ਪੀਜੀ ਬਣਾਏ ਆ ਆਯਾਸ਼ੀ ਦੇ ਅੱਡੇ ਬਣਾਏ ਆ ਸਰੀਰਿਕ ਸ਼ੋਸ਼ਣ ਹੁੰਦੇ ਆ 5-500 ਰੁਪਿਆ ਘੰਟੇ ਲਈ ਕਮਰੇ ਕਿਰਾਏ ਤੇ ਦਿੰਦੇ ਆ ਜੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਗਾਇਬ ਕਰ ਦਿੱਤਾ ਗਿਆ ਉਹਦੇ ਵਿੱਚ ਭਈਏ ਵੱਲੋਂ ਤੀਰ ਮਾਰ ਕੇ ਗੈਬ ਕੀਤਾ ਗਿਆ ਉਹਦੇ ਤੇ ਤੁਹਾਡੇ ਵੱਲੋਂ ਤੁਹਾਡੀ ਪੜਤਾਲ ਕਮੇਟੀ ਵੱਲੋਂ ਇੱਕ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ। ਉਹਦਾ ਜਵਾਬ ਆਪਾਂ ਕਿਹਦੇ ਕੋਲ ਮੰਗੀਏ? ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਗਿਆ। ਤੁਸੀਂ ਸਾਰਿਆਂ ਨੇ ਖਬਰ ਸੁਣ ਲਈ ਆ। ਵਿਰਸਾ ਬਲਟੋਆ ਜਿਹੜਾ ਉਹਦੀਆਂ ਗੱਲਾਂ ਤੋਂ ਤੰਗ ਆ ਕੇ ਜਿਹੜੇ ਉਹਦੇ ਫੇਕ ਆਈਟੀ ਸੈੱਲ ਆ ਉਹਨਾਂ ਨੇ ਜੋ ਕਮੈਂਟ ਬਾਜ਼ੀ ਕੀਤੀ, ਜੋ ਕੁਝ ਉਹਨਾਂ ਤੱਕ ਸਨੇਹੇ ਮੈਸੇਜ ਪਹੁੰਚਾਏ ਤੇ ਇਹਨਾਂ ਤੋਂ ਤੰਗ ਆ ਕੇ ਜਥੇਦਾਰ ਸਾਹਿਬ ਨੇ ਬਹੁਤ ਹੀ ਦੁਖੀ ਹਿਰਦੇ ਨਾਲ ਅਸਤੀਫਾ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਮੈਨੂੰ ਲੱਗਦਾ ਹੈ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਹੁਣ ਤੱਕ ਜਿੰੋਂ ਤੋਂ ਆਪਾਂ ਧਰਤੀ ਤੇ ਆਏ ਆ ਪਹਿਲੀ ਵਾਰ ਇਹੋ ਜੀ ਖਬਰ ਸੁਣੀ ਹੋਵੇਗੀ ਕਿ ਤਖਤ ਦਾ ਜਥੇਦਾਰ ਹੋਵੇ ਤੇ ਨਮ ਅੱਖਾਂ ਨਾਲ ਉਹਨੂੰ ਆਪਣੇ ਪਦ ਤੋਂ ਅਸਤੀਫਾ ਦੇਣਾ ਪਏ ਤੇ ਕਹਿਣਾ ਪਏ ਜੀ ਮੈਂ ਇਹਨਾਂ ਤੋਂ ਬੜਾ ਤੰਗਾ ਇਹਨਾਂ ਨੇ ਮੇਰੇ ਬੱਚਿਆਂ ਦੇ ਉੱਤੇ ਮੇਰੀਆਂ ਧੀਆਂ ਦੇ ਉੱਤੇ ਬਹੁਤ ਜ਼ਿਆਦਾ ਟੀਕਾ ਟਿੱਪਣੀਆਂ ਕੀਤੀਆਂ ਨੇ ਤੇ ਮੇਰੀ ਜਾਤੀ ਤੱਕ ਉਹਦੇ ਤੇ ਸਵਾਲ ਕੀਤੇ ਆ ਬੜੀ ਨਿੰਦਣਯੋਗ ਘਟਨਾ ਹੈ ਤੇ ਵਿਰਸਾ ਬਲਟੋਆ ਹੁਣ ਇਹਨੂੰ ਮੈਂ ਸਿੰਘ ਨਹੀਂ ਕਹਿੰਦਾ ਵਿਰਸਾ ਸਿੰਘ ਬਲਟੋਆ ਸਿੰਘ ਦਾ ਨਾਂ ਦੇ ਨਾਲ ਲਾਉਣਾ ਮੈਂ ਸਮਝਦਾ ਕਿ ਸਿੰਘ ਸ਼ਬਦ ਦੀ ਜਿਹੜੀ ਆ ਉਹ ਤੋਹੀਨ ਆ ਸੋ ਵਿਰਸੇ ਬਲਟੋਏ ਨੂੰ ਸ਼ਰਮ ਨਹੀਂ ਆਈ ਥੋੜੀ ਬਹੁਤੀ ਉਹਦੇ ਬੰਦਿਆਂ ਨੂੰ ਸ਼ਰਮ ਨਹੀਂ ਆਈ ਹਾਲਾਂਕਿ ਹੁਣ ਉਹ ਸਫਾਈਆਂ ਦੰਦਾ ਫਿਰਦਾ ਦੇਖੋ ਵਿਰਸੇ ਬਲਟੋਏ ਦੀ ਜ਼ੁਬਾਨ ਤੇ ਜਿਹੜਾ ਕੁੱਤਾ ਵੱਜਿਆ ਉਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਸ ਤਰੀਕੇ ਨਾਲ ਸ਼ਬਦਾਵਲੀ ਵਰਤਦੇ ਆ ਪਿਛਲੇ ਦਿਨਾਂ ਚ ਵੀ ਜਦੋਂ ਐਮਪੀ ਦੀਆਂ ਇਲੈਕਸ਼ਨਾਂ ਆਹੀ ਉਦੋਂ ਵੀ ਉਹਨਾਂ ਦੀ ਸ਼ਬਦਾਵਲੀ ਜਿਹੜੀ ਵੇਖਣ ਵਾਲੀ ਸੀ ਸੁਣਨ ਵਾਲੀ ਕੀ ਕੁਛ ਉਹ ਬਾਜੀ ਕਰਦੇ ਰਹੇ ਆ ਸੋ ਇਹਦੇ ਚ ਤੇ ਸਾਨੂੰ ਕੋਈ ਸ਼ੱਕ ਨਹੀਂ ਆ ਦੂਜਾ ਕੀ ਹੈ ਕਿ ਜਦੋਂ 10 ਸਾਲ ਲਈ ਉਹਨੂੰ ਪਾਰਟੀ ਤੋਂ ਬਾਹਰ ਕੀਤਾ ਜਥੇਦਾਰ ਸਾਹਮਣੇ ਬਹੁਤ ਵੱਡਾ ਫੈਸਲਾ ਸੁਣਾਇਆ ਉਹਦੇ ਤੋਂ ਇਹਨੂੰ ਝਟਕਾ ਲੱਗਿਆ ਹਾਲਾਂਕਿ ਉਸ ਫੈਸਲੇ ਤੇ ਵੀ ਹਜੇ ਤੱਕ ਸਾਨੂੰ ਇਹ ਸਮਝ ਨਹੀਂ ਆਈ ਕਿ ਇਹ ਉਹ ਵੀ ਕਿੱਦਾਂ ਗਿਆ ਕਿਉਂਕਿ ਜਥੇਦਾਰ ਸਾਹਿਬ ਕਦੇ ਵੀ ਅਕਾਲੀ ਦਲ ਦੇ ਉਲਟ ਇਹਨਾਂ ਨੂੰ ਫੈਸਲਾ ਲੈਣਾ ਹੋਵੇ ਤੇ ਬਹੁਤ ਇਹਨਾਂ ਵਾਸਤੇ ਇੱਕ ਔਖੀ ਘੜੀ ਹੋ ਜਾਂਦੀ ਹੈ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਕਿਉਂਕਿ ਹੁਣ ਤੱਕ ਇਹੋ ਹੀ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਹੀ ਸਾਰੇ ਇਹ ਜਿਹੜੇ ਅਹੁਦੇ ਨੇ ਜਥੇਦਾਰ ਸਾਹਿਬ ਇਹਨਾਂ ਨੂੰ ਉਹਨਾਂ ਦੇ ਹੱਕ ਚ ਹੀ ਫੈਸਲੇ ਸੁਣਾਉਣੇ ਪੈਂਦੇ ਨੇ ਹੁਣ ਤੱਕ ਇਹੋ ਹੀ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਆਏ ਹਾਂ ਹਾਲਾਂਕਿ ਹੋ ਸਕਦਾ ਕਿ ਹੋਰ ਵੀ ਕੋਈ ਵੱਡੀਆਂ ਗਤੀਵਿਧੀਆਂ ਹੋਣ ਸੋ ਸਾਨੂੰ ਸਾਰੇ ਪੰਥ ਨੂੰ ਚਾਹੀਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਸਾਥ ਦੇਣਾ ਚਾਹੀਦਾ ਗਿਆਨੀ ਰਗਵੀਰ ਸਿੰਘ ਹੁਣਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਪੰਥ ਇੱਕ ਮੋਟ ਹੋ ਜੇ ਤਾਂ ਜੋ ਚਲੋ ਫਿਰ ਵੀ ਜੇ ਇਹ ਨੀਂਦ ਚੋਂ ਜਾਗੇ ਨੇ ਹੁਣੇ ਚਲੋ ਫਾਈਨਲੀ ਜੇ ਕੋਈ ਫੈਸਲਾ ਕਰ ਰਹੇ ਨੇ ਤੇ ਇਹਨਾਂ ਤੇ ਇਹਨਾਂ ਨੂੰ ਸਾਥ ਦੇਣਾ ਚਾਹੀਦਾ ਬਾਕੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਵਧੀਆ ਗੱਲ ਕਹੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਮਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਫਿਰ ਉਹ ਸਾਰੇ ਵੀ ਅਸਤੀਫਾ ਦੇ ਦੇਣਗੇ ਬਹੁਤ ਮਨ ਨੂੰ ਖੁਸ਼ੀ ਹੋਈ ਕਿ ਚਲੋ ਫਾਈਨਲੀ ਉਹਨਾਂ ਨੇ ਇੰਨੀ ਗੱਲ ਕਹੀ ਆਪਣੇ ਜਥੇਦਾਰ ਦੇ ਹੱਕ 'ਚ ਸਟੈਂਡ ਲਿਆ ਕਿ ਜੇ ਸਾਰੇ ਅਸਤੀਫਾ ਦੇ ਦਣਗੇ ਤੇ ਫੇਰ ਹੀ ਸ਼ਾਇਦ ਐਸਜੀਪੀਸੀ ਨੂੰ ਥੋੜੀ ਬਹੁਤੀ ਸ਼ਾਇਦ ਅਕਲ ਆ ਜੇ ਇਹ ਤੇ ਗੱਲ ਹੋ ਗਈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਮੈਂ ਇਹਦੇ 'ਚ ਹੋਰ ਵੀ ਕੁਝ ਕੁ ਗੱਲਾਂ ਐਡ ਕਰਨੀਆਂ ਚਾਹਾਂਗਾ ਕਿਉਂਕਿ ਇਹ ਗੱਲਾਂ ਮੈਨੂੰ ਪਤਾ ਹੈ ਬਹੁਤ ਜ਼ਿਆਦਾ ਲੋਕਾਂ ਨੂੰ ਤਕਲੀਫ ਦੇਣਗੀਆਂ ਕਿਉਂਕਿ ਇੱਕ ਪਾਸੇ ਤੇਹੀਂ ਗੱਲ ਕਰਨੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਖੜੇ ਹੋਣ ਦੀ ਤੇ ਜਿਹੜੀਆਂ ਮੈਂ ਹੁਣ ਗੱਲਾਂ ਕਰਨ ਜਾ ਰਿਹਾ ਇਹਨਾਂ ਨੂੰ ਚੁਬਣੀਆਂ ਨੇ ਚੁਬਣੀਆਂ ਕਿਉਂ ਨੇ ਕਿਉਂਕਿ ਜਦੋਂ ਅਸੀਂ ਇਹਨਾਂ ਕੋਲ ਚਿੱਠੀਆਂ ਲੈ ਕੇ ਜਾਂਦੇ ਰਹੇ ਹਾਂ ਜਦੋਂ ਹੀ ਆਪਣੀਆਂ ਗੱਲਾਂ ਇਹਨਾਂ ਦੇ ਸਾਹਮਣੇ ਰੱਖਦੇ ਰਿਹਾ ਪਿੱਟਦੇ ਰਹੇ ਆ ਉਹ ਸਾਡੀ ਕੌਮ ਦੇ ਵਿੱਚ ਇੰਨਾ ਗੰਦ ਪੈ ਚੁੱਕਿਆ ਇਹ ਸਾਧ ਲਾਣਾ ਜਿਹੜਾ ਵੱਢਣ ਜੋਗ ਆ ਜਿਹੜੇ ਆ ਕਾਂ ਜਿੱਦਾਂ ਮਾਰ ਕੇ ਸਿਆਣੇ ਕਹਿੰਦੇ ਟੰਗਣਾ ਪੈਂਦਾ ਇਹ ਤੁਹਾਨੂੰ ਕੁਛਣਾ ਕੁਛ ਕਰਨਾ ਪਏਗਾ ਇਹਨਾਂ ਨੂੰ ਪੰਥ ਚੋਂ ਬਾਹਰ ਕੱਢੋ ਇਹਨਾਂ ਨੇ ਡੇਰਿਆਂ ਦੇ ਵਿੱਚ ਪੀਜੀ ਬਣਾਏ ਆ ਅਯਾਸ਼ੀ ਦੇ ਅੱਡੇ ਬਣਾਏ ਆ ਸਰੀਰਿਕ ਸ਼ੋਸ਼ਣ ਹੁੰਦੇ ਆ 5-500 ਰੁਪਿਆ ਘੰਟੇ ਲਈ ਕਮਰੇ ਕਿਰਾਏ ਤੇ ਦਿੰਦੇ ਆ ਜਦੋਂ ਇਹ ਗੱਲਾਂ ਆਪਾਂ ਹੱਥ ਜੋੜ ਕੇ ਫਰਿਆਦ ਲੈ ਕੇ ਗਏ ਸੀ ਉਦੋਂ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਮਨੀ ਹਰਪੀਰ ਸਿੰਘ ਜੀ ਜਿਹੜੀ ਅੱਜ ਤੁਹਾਡੇ ਤੇ ਦੁਬਧਾ ਪਈ ਹੈ ਜੇ ਤੁਹਾਡੀਆਂ ਧੀਆਂ ਬਾਰੇ ਕੋਈ ਵੀ ਉਹਨੇ ਟਿੱਪਣੀ ਕੀਤੀ ਆ ਉਹ ਬਹੁਤ ਜ਼ਿਆਦਾ ਨਿੰਦਣਯੋਗ ਆ ਪਰ ਇੱਥੇ ਤੁਹਾਨੂੰ ਇਹ ਵੀ ਗੱਲ ਸੋਚਣੀ ਚਾਹੀਦੀ ਜਿਹੜੀਆਂ ਅਸੀਂ ਤੁਹਾਡੇ ਤੱਕ ਦਰਖਾਸਤਾਂ ਲੈ ਕੇ ਆਏ ਹੀ ਉਹ ਵੀ ਕਿਸੇ ਦੀਆਂ ਧੀਆਂ ਭੈਣਾ ਉੱਥੇ ਵੀ ਬਹੁਤ ਕੁਝ ਡੇਰਿਆਂ ਦੇ ਵਿੱਚ ਹੋ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਸਾਡਾ ਤੇ ਕੋਈ ਪਿਓ ਨਹੀਂ, ਕੋਈ ਰਿਸ਼ਤੇਦਾਰ ਨਹੀਂ ਇਹ ਤੋਂ ਵੱਧ ਕੇ ਤੇ ਕੁਝ ਨਹੀਂ ਹੈਗਾ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੀ ਗਾਇਬ ਕਰ ਦਿੱਤਾ ਗਿਆ ਉਹਦੇ ਚ ਭਈਏ ਵੱਲੋਂ ਤੀਰ ਮਾਰ ਕੇ ਗਾਇਬ ਕੀਤਾ ਗਿਆ ਉਹਦੇ ਤੇ ਤੁਹਾਡੇ ਵੱਲੋਂ ਤੁਹਾਡੀ ਪੜਤਾਲ ਕਮੇਟੀ ਵੱਲੋਂ ਇੱਕ ਵੀ ਸਖਤ ਕਾਰਵਾਈ ਨਹੀਂ ਕੀਤੀ ਗਈ ਉਹਦਾ ਜਵਾਬ ਆਪਾਂ ਕਿਹਦੇ ਕੋਲ ਮੰਗੀਏ ਅੱਜ ਹਾਂ ਤੁਹਾਡੇ ਤੇ ਓਖਾ ਟਾਈਮ ਆਇਆ ਤੁਹਾਡੇ ਦੇ ਮੜਜੀ ਪਰਿਵਾਰ ਤੇ ਗੱਲ ਆਈ ਹੈ ਤੇ ਤੁਸੀਂ ਬੜੇ ਦੁਖੀ ਹੋਰ ਦੇਣਾ ਕਹਤਾ ਮੈਂ ਅਸਤੀਫਾ ਦਿੰਨਾ ਤੇ ਜਦੋਂ ਅਸੀਂ ਤੁਹਾਡੇ ਅੱਗੇ ਤਰਲੇ ਮਿੰਤਾ ਕਰਦੇ ਹਾਂ ਲੇਲੜੀਆਂ ਕੱਢਦੇ ਹਾਂ ਉੱਥੇ ਜਾ ਕੇ ਤੁਹਾਨੂੰ ਕਹਿੰਦੇ ਸੀ ਕਿ ਮਾਰੇ ਜੇ ਕਰ ਦੋ ਕਾਰਵਾਈ ਕੋਈ ਠੋਕੇ ਕਾਰਵਾਈ ਕਰੋ ਉਦੋਂ ਤੁਸੀਂ ਕੁਝ ਨਹੀਂ ਕੀਤਾ ਉਦੋਂ ਤੁਹਾਡੇ ਕੋਲ ਪਾਵਰ ਹੀ ਤੁਸੀਂ ਪੰਥ ਦੇ ਜਥੇਦਾਰ ਹੀਗੇ ਬਹੁਤ ਕੁਝ ਕਰ ਸਕਦੇ ਸੀ ਹੁਣ ਤੁਸੀਂ ਇਹ ਚ ਚਲੋ ਠੀਕ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਇਹ ਭਾਲਦੇ ਵੀ ਹੋ ਕਿ ਸਾਰਾ ਪੰਥ ਤੁਹਾਡਾ ਸਾਥ ਦੇ ਕਣੀ ਰਕबीर ਸਿੰਘ ਹੁਣੀ ਵੀ ਇਹ ਚਾਹੁੰਦੇ ਨੇ ਕਿ ਸਾਰਾ ਪੰਥ ਸਾਥ ਦੇ ਠੀਕ ਹੈ ਪੰਥ ਤੇ ਫੇਰ ਜਥੇਦਾਰਾਂ ਦੇ ਨਾਲ ਆ ਪਰ ਜਥੇਦਾਰ ਕੀ ਕਰ ਰਹੇ ਨੇ ਪੰਥ ਲਈ ਇਸ ਗੱਲ ਦਾ ਵੀ ਜਵਾਬ ਦਿਓ ਅੱਜ ਤੁਹਾਡੇ ਤੇ ਔਖਾ ਟਾਈਮ ਜਦੋਂ ਲੰਘ ਜਾਊਗਾ ਗੱਲਬਾਤ ਸਾਰੀ ਸੈੱਟ ਹੋ ਜਾਊਗੀ ਮੰਨ ਲਓ ਤੁਹਾਨੂੰ ਹੋਰ ਕੋਈ ਵੱਡੀਆਂ ਪਾਵਰਾਂ ਵੀ ਮਿਲ ਜਾਂਦੀਆਂ ਫਿਰ ਤੁਸੀਂ ਸਾਡੇ ਆਮ ਲੋਕਾਂ ਨਾਲ ਕਿੰਨਾ ਕੁ ਖੜੋਗੇ ਇਹ ਗੱਲਾਂ ਦਾ ਵੀ ਜਵਾਬ ਦਿਓ ਤੁਹਾਡੇ ਕੋਲ ਤੁਹਾਡੇ ਕੋਲ ਇੰਨਾ ਕੁ ਦਮ ਹੈ ਤੁਹਾਡੇ ਕੋਲ ਇੰਨੀ ਕੁ ਪਾਵਰ ਹੈ ਤੁਸੀਂ ਸੰਤ ਸਮਾਜ ਵਿੱਚ ਜਿਨ੍ਹਾਂ ਨੇ ਗੰਦ ਪਾਇਆ ਜਿਨ੍ਹਾਂ ਨੇ ਚੋਲਿਆਂ ਨੂੰ ਬਦਨਾਮ ਕੀਤਾ ਗੁਰੂ ਸਾਹਿਬ ਦੇ ਬਾਣਿਆਂ ਨੂੰ ਬਦਨਾਮ ਕੀਤਾ ਉਹਨਾਂ ਤੇ ਤੁਸੀਂ ਕੀ ਕਾਰਵਾਈ ਕਰ ਸਕੋਗੇ ਉਹਦਾ ਜਵਾਬ ਦੋਗੇ ਪਲੀਜ਼ ਰਿਕਵੈਸਟ ਹੈ ਤੁਹਾਡੇ ਕਿ ਉਹਦਾ ਜਵਾਬ ਦੋਗੇ ਦੱਸੋ ਮੈਨੂੰ ਮੈਂ ਅੱਜ ਵੀ ਤੁਹਾਡੇ ਅੱਗੇ ਮੈਂ ਕਟੋ ਕਟ ਦੇ 15 ਸੰਤ ਛੁੱਡ ਦੇਣਾ ਤੁਹਾਡੇ ਅੱਗੇ ਜਿਨ੍ਹਾਂ ਦਾ ਮੇਰੇ ਕੋਲ ਡਾਟਾ ਪਿਆ ਤੁਸੀਂ ਪੰਥ ਚੋਂ ਛੇਕੋਗੇ ਉਹਨਾਂ ਨੂੰ ਮੇਰੀਆਂ ਗੱਲਾਂ ਦਾ ਜਵਾਬ ਦੋ ਤੁਸੀਂ ਅਸੀਂ ਠੀਕ ਆ ਤੁਹਾਡੇ ਨਾਲ ਤੁਰਦੇ ਤੁਸੀਂ ਚਾਹੇ ਮੈਨੂੰ ਕੱਲ ਬੁਲਾ ਲਓ ਤੁਹਾਡੇ ਲਈ ਮੈਂ ਸਿਰ ਦੇਣ ਲਈ ਤਿਆਰ ਹਾਂ ਮੇਰੇ ਨਾਲ ਜਿਹੜੇ ਮੇਰੇ ਹੋਰ ਮੇਰੀ ਟੀਮ ਮੇਰੇ ਸਾਰੇ ਬੰਦੇ ਜਿਹੜੇ ਇੱਥੋਂ ਤੱਕ ਸੰਘਰਸ਼ ਕਰ ਕਰਕੇ ਇਹ ਬਾਬਿਆਂ ਦਾ ਡਾਟਾ ਇਕੱਠਾ ਕਰਕੇ ਲਿਆਉਂਦੇ ਆ ਸਾਰੇ ਅਸੀਂ ਸਿਰ ਦੇ ਇਹਨੂੰ ਤਿਆਰ ਆ ਤੁਸੀਂ ਦੱਸੋ ਤੁਸੀਂ ਕੀ ਕਰੋਗੇ ਬਾਅਦ ਚ ਅੱਜ ਤੁਹਾਡੇ ਫੇਰ ਸਮਝੌਤੇ ਹੋ ਜਾਂਦੇ ਆ ਤੁਸੀਂ ਫੇਰ ਇਹਨਾਂ ਦੇ ਪ੍ਰੋਗਰਾਮਾਂ ਤੇ ਜਾਣਾ ਇਹਨਾਂ ਤੋਂ ਤੁਸੀਂ ਫੇਰ ਲਫਾਫੇ ਲੈਣੇ ਆ ਫੇਰ ਤੁਸੀਂ ਇੱਕੋ ਮਿੱਕੋ ਹੋ ਜਾਣਾ ਤੇ ਆਮ ਬੰਦੇ ਦੀ ਤੇ ਫੇਰ ਕੋਈ ਸੁਣਵਾਈ ਨਹੀਂ ਜੇ ਜਥੇਦਾਰ ਸਾਹਿਬ ਜੇ ਤੁਸੀਂ ਐਕਸ਼ਨ ਲਿਆ ਹੁੰਦਾ ਅੱਜ ਸਾਡੀ ਕੌਮ ਦੇ ਵਿੱਚ ਇੰਨਾ ਗੰਦ ਨਾ ਪੈਂਦਾ ਇਹ ਗੱਲਾਂ ਮੈਨੂੰ ਪਤਾ ਤੁਹਾਨੂੰ ਕੌੜੀਆਂ ਬੜੀਆਂ ਲੱਗਣੀਆਂ ਪਰ ਤੁਸੀਂ ਕੀਤਾ ਹੀ ਕੱਖ ਨਹੀਂ ਜਦੋਂ ਤੁਹਾਡੇ ਕੋਲ ਗਿਆਨੀ ਹਰਪ੍ਰੀਤ ਸਿੰਘ ਜੀ ਪਾਵਰ ਹੀ ਤੁਸੀਂ ਕੱਖ ਨਹੀਂ ਕੀਤਾ ਉਦੋਂ ਤੁਹਾਡੇ ਅੱਗੇ ਬਹੁਤ ਮਿੰਤਤਰ ਲਈ ਕੀਤੀਆਂ ਮੇਲਾਂ ਦੇ ਜਰੀਏ ਤੁਹਾਨੂੰ ਦਰਖਾਸਤਾਂ ਦਿੱਤੀਆਂ ਅੱਜ ਵੀ ਤੁਹਾਨੂੰ ਕਹਿ ਰਿਹਾ ਬਹੁਤ ਗੰਦ ਪਿਆ ਹੋਇਆ ਹਜੇ ਹੀ ਸਾਡੇ ਤੇ ਆਮ ਸਿੱਖਾਂ ਦੇ ਤਰਸ ਕਰ ਲੋ ਪਾਵਰ ਤੇ ਤੁਹਾਡੇ ਕੋਲ ਆਮ ਸਿੱਖ ਕੋਲ ਤੇ ਪਾਵਰ ਹੈ ਨਹੀਂ ਕਿ ਜਿਹੜਾ ਕਿਸੇ ਨੂੰ ਵੀ ਪੰਥ ਚੋਂ ਛੇਕ ਦੇ ਤੁਹਾਡੇ ਕੋਲ ਪਾਵਰ ਆ ਹੋਣੀ ਥੋੜੀ ਬਹੁਤੀ ਸ਼ਾਇਦ ਕਿਤੇ ਮਨ ਚ ਵਿਚਾਰ ਆ ਜੇ ਕਿ ਜਿੱਦਾਂ ਅੱਜ ਤੁਹਾਡੀਆਂ ਧੀਆਂ ਪਣਾ ਤੇ ਕਿਸੇ ਨੇ ਕਿੰਤੂ ਪਰੰਤੂ ਕੀਤਾ ਉਹਨਾਂ ਦੇ ਪਰਿਵਾਰ ਖਤਮ ਕਰਨ ਤੱਕ ਦੀ ਗੱਲ ਆਈ ਐਦਾਂ ਹੀ ਸਾਡੇ ਪਰਿਵਾਰਾਂ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਮੇਰੇ ਕੋਲ ਆਡੀਓ ਪਈਆਂ ਪੁਲਿਸ ਕੰਪਲੇਂਟਾਂ ਪਈਆਂ ਇਹਨਾਂ ਸਾਧਾ ਮੰਨੋਂ ਵੱਡੇ ਵੱਡੇ ਕਾਂਡ ਕੀਤੇ ਜਾਂਦੇ ਨੇ ਗੱਡੀਆਂ ਦੇ ਸ਼ੀਸ਼ੇ ਭੰਨੇ ਜਾਂਦੇ ਨੇ ਉਹਨਾਂ ਤੇ ਤੁਹਾਡਾ ਕੋਈ ਬਿਆਨ ਨਹੀਂ ਤੁਹਾਡੀ ਕੋਈ ਕਾਰਵਾਈ ਨਹੀਂ ਕੱਖ ਨਹੀਂ ਕਰਦੇ ਤੁਸੀਂ ਸਿੱਖ ਪੰਥ ਲਈ ਮੈਨੂੰ ਦੱਸੋ ਕੀ ਕੀਤਾ ਤੁਹਾਡੀਆਂ ਪੜਤਾਲ ਕਮੇਟੀਆਂ ਜਾਂਦੀਆਂ ਹੱਸ-ਹੱਸ ਕੇ ਚੰਡੀਗੜੀਏ ਸੂਰ ਸਿੰਘ ਕੋਲੋਂ ਸਰੋਪੇ ਪਵਾ ਕੇ ਲਫਾਫੇ ਲੈ ਕੇ ਫੋਟੋਆਂ ਮੇਰੇ ਕੋਲ ਅਵੇਲੇਬਲ ਨੇ ਉੱਥੇ ਜਾ ਕੇ ਤੁਹਾਡੇ ਬੰਦੇ ਹੱਸ-ਹੱਸ ਕੇ ਗੱਲਾਂ ਕਰਦੇ ਫੋਨ ਤੇ ਮੈਨੂੰ ਕਹਿ ਰਹੇ ਆ ਕਿ ਸਾਨੂੰ ਧਾਮੀ ਸਾਹਿਬ ਦਾ ਫੋਨ ਆ ਗਿਆ ਜੀ ਹੁਣ ਆਪਾਂ ਕੋਈ ਕਾਰਵਾਈ ਨਹੀਂ ਕਰ ਸਕਦੇ ਫਿਰ ਦੱਸੋ ਕੀ ਉਮੀਦ ਰੱਖੀ ਆਪਾਂ ਮੈਨੂੰ ਇਹ ਗੱਲ ਦਾ ਜਵਾਬ ਦਿਓ ਅੱਜ ਤੇ ਤੁਹਾਡੇ ਲਈ ਸਾਰਾ ਪੰਥ ਖੜ ਜੂਗਾ ਤੁਸੀਂ ਪੰਥ ਲਈ ਕਦੋਂ ਖੜੋਗੇ ਗਿਆਨੀ ਰਗਵੀਰ ਸਿੰਘ ਜੀ ਚਲੋ ਚੰਗਾ ਸਟੈਪ ਪੁੱਟਿਆ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ 'ਚ ਕਹਿਤਾ ਮੈਂ ਵੀ ਅਸਤੀਫਾ ਦੇ ਦਿੰਨਾ ਬਾਕੀ ਪੰਥ ਕਿੱਥੇ ਜਾਏ ਕਿੱਧਰ ਨੂੰ ਰੁੜੇ ਮਰੇ ਮੈਨੂੰ ਇਹ ਗੱਲ ਦਾ ਜਵਾਬ ਦਓ ਤੁਹਾਡੇ ਤੇ ਆਉਣ ਪੈਂਦੀਆਂ ਪੰਥ ਤੁਹਾਡੇ ਨਾਲ ਤੁਰੇ ਤੁਰੇਗਾ ਵੀ ਅਸੀਂ ਤੁਰਦੇ ਆਂ ਟਰਾਲੀਆਂ ਭਰ ਕੇ ਆ ਜਾਾਂਗੇ ਜਿੱਧਰ ਨੂੰ ਤੁਸੀਂ ਕਹੋਗੇ ਤੇ ਤੁਸੀਂ ਪੰਥ ਦੇ ਮਗਰ ਕਦੋਂ ਤੁਰਨਾ ਤੁਸੀਂ ਕਦੋਂ ਵੱਡੇ ਫੈਸਲੇ ਕਰਕੇ ਇਹ ਸਾਰੇ ਜਿੰਨੀਆਂ ਝੂਠਾਂ ਨੇ ਇਹ ਪੰਥ ਚੋਂ ਬਾਹਰ ਕੱਢਣੀਆਂ ਨੇ ਅੱਜ ਹੁਣ ਲਗਾਤਾਰ ਅਸੀਂ ਵੀਡੀਓ ਬਣਾ ਰਹੇ ਆ ਸਾਰਿਆਂ ਸਾਧਾਂ ਤੇ ਇੰਨਾ ਮੇਰੇ ਕੋਲ ਡੇਟਾ ਇਕੱਠਾ ਹੋ ਕੇ ਆ ਗਿਆ ਕੋਈ ਨਾਨਕ ਸਰ ਤੋਂ ਠਰਕੀ ਸਾਧ ਨਿਕਲਿਆ ਕੋਈ ਮਸਤਵਾਨਾ ਸਾਹਿਬ ਤੋਂ ਨਿਕਲਿਆ ਉਹ ਕੋਈ ਇੱਕ ਫੱਕਰ ਫੁੱਕਰੇ ਉਹਦਾ ਹੁਣ ਮੈਂ ਅੱਗੇ ਵੀਡੀਓ ਬਣਾਉਣ ਜਾ ਰਿਹਾ ਉਹਦਾ ਡੇਟਾ ਇਹ ਟੱਕੀ ਵਾਲਾ ਉਹ ਸੂਰ ਸਿੰਘ ਇੱਥੇ ਇੰਨੇ ਜ਼ਿਆਦਾ ਨੇ ਜੇ ਮੈਂ ਨਾਂ ਇਕੱਲਾ ਇਕੱਲਾ ਲਵਾਂ ਨਾ ਤੇ ਇੱਥੇ ਸ਼ਾਮਾ ਪੈ ਜਾਣਗੀਆਂ ਤੇ ਉਹਦੇ ਜ਼ਿੰਮੇਵਾਰ ਪਤਾ ਕਿ ਕੋਈ ਹੋਰ ਨਹੀਂ ਹੈਗਾ ਤੁਸੀਂ ਹੋ ਤੁਸੀਂ ਜ਼ਿੰਮੇਵਾਰ ਹੋ ਮੈਂ ਕਿਸੇ ਨੂੰ ਨਹੀਂ ਹੋਰ ਸਮਝਦਾ ਕਿਉਂਕਿ ਪਾਵਰ ਤੁਸੀਂ ਜਿੱਦਾਂ ਪੰਜਾਬ ਦੇ ਵਿੱਚ ਜੇ ਚਿੱਟਾ ਵਿਕਦਾ ਹੈ ਜੇ ਕੋਈ ਗਲਤ ਕੰਮ ਹੁੰਦਾ ਉਹਦਾ ਜ਼ਿੰਮੇਵਾਰ ਮੁੱਖ ਮੰਤਰੀ ਹੁੰਦਾ ਨਾ ਉਦਾਂ ਹੀ ਜੇ ਸਿੱਖ ਪੰਥ ਦੇ ਵਿੱਚ ਕੋਈ ਵੀ ਗਲਤ ਐਕਟੀਵਿਟੀ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਗਲਤ ਪ੍ਰਚਾਰਕਾਂ ਤੇ ਕਾਰਵਾਈ ਨਹੀਂ ਹੁੰਦੀ ਤੇ ਉਹਦਾ ਸਿੱਧਾ-ਸਿੱਧਾ ਜ਼ਿੰਮੇਵਾਰ ਕੌਮ ਦਾ ਜਥੇਦਾਰ ਆ ਕਿਉਂਕਿ ਪਾਵਰ ਉਹ ਹੈ ਜਥੇਦਾਰ ਸਾਹਿਬ ਤੋਂ ਵੱਧ ਕੇ ਪਾਵਰ ਕਿਸੇ ਕੋਲ ਨਹੀਂ ਹੈਗੀ ਤੇ ਤੁਸੀਂ ਕੁਝ ਨਹੀਂ ਕੀਤਾ ਇਹ ਪੱਕੀ ਗੱਲ ਆ ਤੁਹਾਨੂੰ ਵੀ ਪਤਾ ਕੁਛ ਨਹੀਂ ਕੀਤਾ ਉਦੋਂ ਤੁਸੀਂ ਸਿਰਫ ਇਹਨਾਂ ਚੱਕਰਾਂ ਵਿੱਚ ਪੈ ਜਾਂਦੇ ਆ ਕਿ ਉੱਥੇ ਵੀ ਆ ਰਹੀ ਪ੍ਰੋਗਰਾਮ ਲਾਣਾ ਹੁੰਦਾ ਫਲਾਣੇ ਸਾਥ ਦੇ ਵੀ ਆਂ ਜਾਣਾ ਹੁੰਦਾ ਬ੍ਰਹਮ ਗਿਆਨੀ ਫਲਾਣਾ ਟਮਕਾਣਾ ਸਿੰਘ ਜੀ ਉਹਦੇ ਤੇ ਵੀ ਜਾਣੇ ਆ ਤੇ ਬਸ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਗਿਆਨੀ ਹਰਪੀ ਸਿੰਘ ਜੀ ਮੈਂ ਅੱਜ ਵੀ ਕਹਿੰਨਾ ਤੁਹਾਡੇ ਨਾਲ ਆ ਤੁਸੀਂ ਜਵਾਬ ਦਿਓ ਤੁਸੀਂ ਸਾਡੇ ਨਾਲ ਹੈਗੇ ਹੋ ਇਸ ਗੱਲ ਦਾ ਜਵਾਬ ਚਾਹੀਦਾ ਸਾਨੂੰ ਅੱਜ ਸਾਰੇ ਲੋਕ ਤੁਹਾਡੇ ਹੱਕ 'ਚ ਵੀਡੀਓ ਬਣਾ ਰਹੇ ਆ ਮੈਨੂੰ ਲੱਗਦਾ ਮੈਂ ਇਹ ਪਹਿਲੀ ਮੇਰੀ ਵੀਡੀਓ ਹੋਏਗੀ ਜਿਹੜੀ ਤੁਹਾਡੇ ਹੱਕ 'ਚ ਵੀ ਹੈ ਤੇ ਤੁਹਾਡੇ ਵਿਰੋਧ 'ਚ ਵੀ ਹੈ ਠੀਕ ਹੈ ਬਲਟੋਏ ਦੇ ਮੂੰਹ ਨੂੰ ਬਵਾਸੀਰ ਹੋਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਉਹਦਾ ਲਾਜਵੀ ਸਿੱਖ ਪੰਥ ਕਰ ਦੂਗਾ ਸਿੱਖ ਪੰਥ ਤੇ ਕਰ ਦੂਗਾ ਤੁਸੀਂ ਆਪਣਾ ਸਟੈਂਡ ਵੀ ਕਲੀਅਰ ਕਰੋ ਕਿ ਤੁਸੀਂ ਕਨੂੰ ਖੋਰ ਜੇ ਕੌਮ ਤੁਹਾਨੂੰ ਵੱਡੀ ਜ਼ਿੰਮੇਵਾਰੀ ਦੇ ਦਿੰਦੀ ਆ ਤੇ ਤੁਸੀਂ ਕੀ ਕਰਦੇ ਹੋ ਹਾਲਾਂਕਿ ਮੈਨੂੰ ਪਤਾ ਹੈ ਜੇ ਆਪਾਂ ਇਹ ਗੱਲਾਂ ਸਵਾਲ ਕਿੰਤੂ ਪਰੰਤੂ ਕਰਦੇ ਆ ਤੇ ਸਾਡੇ ਦੇ ਤੁਸੀਂ ਕਾਰਵਾਈਆਂ ਕਰ ਸਕਦੇ ਹੋ ਵੀ ਤੁਹਾਡੇ ਕੋਲ ਸਿਸਟਮ ਵੱਡਾ ਹੈ ਅਸੀਂ ਆਮ ਸਿੱਖਾਂ ਪਰਹੀਂ ਜਵਾਬ ਮੰਗਦੇ ਆ ਜਾਈਏ ਤੇ ਤੁਹਾਡੇ ਕੋਲ ਹੀ ਜਾਣਾ ਦਰਖਾਸਤ ਲੈ ਕੇ ਅਰਜੀ ਲੈ ਕੇ ਤੁਹਾਡੇ ਕੋਲ ਜਾਣਾ ਤੇ ਤੁਸੀਂ ਕੀ ਕਰ ਰਹੇ ਹੋ ਕੁਝ ਵੀ ਨਹੀਂ ਤੁਹਾਡੀਆਂ ਪੜਤਾਲ ਕਮੇਟੀਆਂ ਕੀ ਕਰ ਰਹੀਆਂ ਕੁਝ ਵੀ ਨਹੀਂ ਕੁਝ ਵੀ ਨਹੀਂ ਹੋਇਆ ਇੱਥੇ ਮਰਿਆ ਦਾ ਸਰੂਪ ਗਾਇਬ ਕਰ ਦਿੱਤਾ ਗਿਆ ਡੇਰੇ ਦੇ ਅੰਦਰ ਅਯਾਸ਼ੀ ਦੇ ਅੱਡੇ ਬਣਾਏ ਨੇ ਉਹਨਾਂ ਦੇ ਉਹਨਾਂ ਦੇ ਉੱਤੇ ਤੁਹਾਡੀ ਕੋਈ ਕਾਰਵਾਈ ਨਹੀਂ ਤੁਸੀਂ ਬਿਲਕੁਲ ਸੀਰੀਅਸ ਨਹੀਂ ਹੈਗੇ ਤੁਸੀਂ ਉੱਥੇ ਜਾ ਕੇ ਹਾਜ਼ਰੀਆਂ ਲਵਾ ਰਹੇ ਹੋ ਤੇ ਅਹੀਂ ਦੱਸੋ ਫਿਰ ਕੀ ਕਰੀਏ ਜਦਾਂ ਤੁਸੀਂ ਅੱਕ ਜਾਂਦੇ ਹੋ ਨਾ ਰੋ ਕੇ ਅਸਤੀਫਾ ਦਿੰਦੇ ਸੀ ਰੋ ਵੀ ਨਹੀਂ ਸਕਦੇ ਜਿੱਦਾਂ ਨਹੀਂ ਰੋਣ ਲੱਗੇ ਤੇ ਲੋਕੀ ਜਿਹੜੇ ਇੰਨੇ ਲੋਕ ਸਾਨੂੰ ਸੁਣਦੇ ਉਹਨਾਂ ਨੇ ਅਖਣਾ ਕਿ ਆ ਵੀ ਰੋਣ ਲੱਗੇ ਆ ਰੋਣਾ ਤੇ ਚਲੋ ਤੁਹਾਨੂੰ ਵੀ ਨਹੀਂ ਚਾਹੀਦਾ ਕੱਲ ਦੁਖੀ ਹਿਰਦਾ ਐਡਾ ਨਹੀਂ ਕਰਨਾ ਚਾਹੀਦਾ ਸਿੱਖ ਕੌਮ ਦੇ ਤੁਸੀਂ ਤਖਤਾਂ ਦੇ ਬੈਠੇ ਜਥੇਦਾਰ ਹੋ ਤੁਹਾਡੇ ਤੇ ਸਾਰੀ ਕੌਮ ਕੌਮ ਨੂੰ ਮਾਣ ਆ ਤੁਹਾਡੇ ਹਿਸਾਬ ਨਾਲ ਐਸੀ ਚੱਲਣਾ ਤੇ ਜੇ ਤੁਸੀਂ ਐਡੇ ਦੁਖੀ ਹਿਰਦੇ ਕਰ ਲਏ ਤੇ ਫਿਰ ਸਾਡਾ ਕੀ ਬਣੂਗਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਆ ਸਿੱਖ ਪੰਥ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਆ ਜਦੋਂ ਜਥੇਦਾਰ ਸਾਹਿਬ ਦਾ ਹੁਕਮ ਆਏਗਾ ਅਸੀਂ ਸਿਰ ਦੇ ਇਹਨੂੰ ਤਿਆਰ ਆ ਜਿੱਥੇ ਕਹਿਣਗੇ ਉੱਥੇ ਹੀ ਆਪਣੀ ਧੌਣ ਗੜਦਿਆਂਗੇ ਪਰ ਸਾਨੂੰ ਜਥੇਦਾਰ ਸਾਹਿਬ ਵੀ ਇਸ ਗੱਲ ਦਾ ਜਵਾਬ ਦੇਣ ਸਾਨੂੰ ਹੌਸਲਾ ਦੇਣ ਕਿ ਜਥੇਦਾਰ ਸਾਹਿਬ ਵੀ ਸਾਡੇ ਨਾਲ ਹੈ ਜਾਂ ਨਹੀਂ ਹੈ ਜਦੋਂ ਇਹ ਨਾਰਮਲ ਹੋ ਜਾਂਦੀ ਹੈ ਕਿ ਸਿੱਖ ਪੰਥ ਦੇ ਵਿੱਚੋਂ ਪਖੰਡੀ ਸਾਧ ਬਾਹਰ ਕੱਢੇ ਜਾਣਗੇ ਉਹਨਾਂ ਤੇ ਕੋਈ ਕਾਰਵਾਈ ਹੋਏਗੀ ਇਨਾਂ ਦਾ ਜਵਾਬ ਹੱਥ ਜੋੜ ਕੇ ਬੇਨਤੀ ਹੈ ਜਰੂਰ ਦਿਓ ਤੇ ਮੇਰੀ ਵੀਡੀਓ ਜਿਹੜੀ ਹੈ ਨਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚਾ ਦਿਓ ਬੇਨਤੀ ਹੈ ਮੇਰੀ ਹੱਥ ਜੋੜ ਕੇ ਅਸੀਂ ਸਾਰੇ ਭਾਵੁਕ ਹੋ ਕੇ ਤੁਰਤੇ ਪੈਨੇ ਆ ਪਰ ਸਾਨੂੰ ਅੱਗੇ ਲੱਭਦਾ ਕੱਖ ਨਹੀਂ ਹੈ ਅੱਗੇ ਕੋਈ ਨਹੀਂ ਸਾਡਾ ਵਾਲੀ ਵਾਰ ਕੋਈ ਨਹੀਂ ਸੁਣਨ ਵਾਲਾ ਜਿਹਦੇ ਕਿ ਫਰਿਆਦ ਕਰੀਏ ਅਸੀਂ ਗੱਲ-ਗੱਲ ਤੇ ਅਸੀਂ ਸਰਕਾਰਾਂ ਨੂੰ ਤੇ ਕੋਸਦੇ ਆ ਤੇ ਅਸੀਂ ਜਥੇਦਾਰਾਂ ਨੂੰ ਕੋਸ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਜਥੇਦਾਰਾਂ ਨੂੰ ਕੁਛ ਉਦੋਂ ਹੀ ਕਹਿ ਦਿੰਦੇ ਆ ਤੇ ਨਿੰਦਕ ਹੈ ਇਹ ਤੇ ਪੰਥ ਦੁਖੀ ਨੇ ਬੋਲ ਵੀ ਨਹੀਂ ਸਕਦੇ ਸੋ ਮੇਰੀ ਇੰਨੀ ਕੀ ਬੇਨਤੀ ਪ੍ਰਵਾਨ ਕਰਿਓ ਜਥੇਦਾਰ ਸਾਹਿਬ ਹੱਥ ਜੋੜ ਕੇ ਬੇਨਤੀ ਆ ਕਿ ਥੋੜਾ ਜਿਹਾ ਸਾਡੇ ਬਾਰੇ ਵੀ ਸੋਚੋ ਆਮ ਸਿੱਖਾਂ ਬਾਰੇ ਵੀ ਸੋਚੋ ਇੰਨੀਆਂ ਕੀ ਬੇਨਤੀ ਆ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ